ਅੱਜ ਅਸੀਂ ਬਟਾਲੇ ਪਹੁੰਚੇ ਹਾਂ। ਸਰਦਾਰ ਜਸਵਿੰਦਰ ਸਿੰਘ ਜੀ ਜੋ ਮੇਰੇ ਪਿੰਡ ਦੇ ਵਸਨੀਕ ਨੇ, ਅਤੇ ਮੈਨੂੰ ਬੜੇ ਮਾਣ ਵਾਲੀ ਗੱਲ ਵਾ ਕਿ ਸਾਡੇ ਪਿੰਡ ਦੇ ਪਹਿਲੇ ਅਫਸਰ ਨੇ, ਬਲਾਕ ਐਜੂਕੇਸ਼ਨ ਅਫੀਸਰ ਨਿਯੁਕਤ ਹੋ ਕੇ ਆਪਣੀ ਜਿਹੜੀ ਸੀਟ 'ਤੇ ਬਰਾਜਮਾਨ ਹੋਏ ਨੇ। ਅਤੇ ਮੈਂ ਇਹ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਹੋਇਆ ਆਪਣੀ ਪੂਰੀ ਟੀਮ ਦੇ ਨਾਲ ਭਾਈ ਸਾਹਿਬ ਦਾ ਸਵਾਗਤ ਕਰਦਾ, ਕਿਉਂਕਿ ਇਹਨਾਂ ਵਿੱਚੋਂ ਇੱਕ ਬੜੀ ਵਧੀਆ ਕੁਆਲਿਟੀ ਆ, ਬੜੀ ਧਾਰਮਿਕ ਸ਼ਖਸੀਅਤ ਦੇ ਮਾਲਕ ਨੇ, ਔਰ ਐਜੂਕੇਸ਼ਨ ਪੱਖ ਤੋਂ ਵੀ ਬੜੀ ਆਪਣੀ ਜਿਹੜੀ ਆ ਮਿਹਨਤ ਦੇ ਨਾਲ ਇੱਕ ਆਪਣਾ ਦਫ਼ਤਰ ਨੂੰ ਚਲਾ ਰਹੇ ਨੇ। ਅਤੇ ਅੱਜ ਅਸੀਂ ਮੇਰੀ ਪੂਰੀ ਸਮੁੱਚੀ ਟੀਮ ਜਿਹੜੀ ਆ ਇਹਨਾਂ ਕੋਲ ਪਹੁੰਚੀ ਆ, ਇਹਨਾਂ ਦੇ ਸਵਾਗਤ ਵਾਸਤੇ ਇਹਨਾਂ ਕੁਝ ਕਹਿੰਦਾ ਮੈਂ ਧੰਨਵਾਦ ਕਰਦਾ ਵਾਂ ਆਪਣੇ ਵੱਲੋਂ, ਸਮੁੱਚੇ ਪਿੰਡ ਵੱਲੋਂ, ਚੌਧਪੁਰ ਵੱਲੋਂ, ਕਿ ਵਾਹਿਗੁਰੂ ਨੇ ਕਿਰਪਾ ਕੀਤੀ ਆ। ਅਤੇ ਵਾਹਿਗੁਰੂ ਕਰੀ ਅੱਗੇ ਹੋਰ ਅਰਦਾਸ ਕਰਦਾ ਕਿ ਮੇਰੇ ਪਿੰਡ ਦੇ ਹੋਰ ਅਫਸਰ ਜਿਹੜੇ ਆ ਉਹ ਨਿਯੁਕਤ ਹੋ ਕੇ ਵੱਡੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੋਣ, ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਦੀਦਾਰ ਸਿੰਘ ਜੀ ਦਾ, ਜਿਹੜੇ ਆਪਣੀ ਟੀਮ ਦੇ ਨਾਲ ਮੇਰੇ ਅੱਜ ਦਫ਼ਤਰ 'ਚ ਆਏ ਨੇ। ਮੈਂ ਐਜ਼ ਏ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਬਟਾਲਾ ਵਨ 'ਚ ਜੁਆਇਨ ਕੀਤਾ, ਲਗਭਗ ਮੈਨੂੰ 10-15 ਦਿਨ ਹੋਏ ਨੇ ਅਜੇ। ਅਤੇ ਦੀਦਾਰ ਸਿੰਘ ਜਿਹੜੇ ਨੇ ਮੇਰੇ ਨਾਲ ਬੜਾ ਇਹਨਾਂ ਦਾ ਪ੍ਰੇਮ ਆ, ਅਤੇ ਜਿਨ੍ਹਾਂ ਨੂੰ ਦਿਲ ਤੋਂ ਖੁਸ਼ੀ ਹੁੰਦੀ ਆ ਉਹੀ ਲੋਕ ਆਣ ਕੇ ਜਿਹੜੇ ਉਹ ਮੁਬਾਰਕਬਾਦ ਦਿੰਦੇ ਨੇ। ਅਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ, ਬਹੁਤ ਰਿਣੀ ਹਾਂ ਕਿ ਇਹ ਆਪ ਹੀ ਨਹੀਂ ਆਪਣੀ ਟੀਮ ਨੂੰ ਵੀ ਨਾਲ ਲੈ ਕੇ ਆਏ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੇਰੇ ਪਿੰਡ ਦੇ ਨੇ ਅਤੇ ਅਸੀਂ ਇੱਕ ਹੀ ਟੀਮ ਦੇ ਮੈਂਬਰ ਹਾਂ। ਬਾਬਾ ਜੀ ਦੀ ਕਿਰਪਾ ਦੇ ਨਾਲ ਜੇ ਪਿੰਡ ਦੇ ਵਿੱਚ ਕੋਈ ਭਲਾਈ ਦੇ ਕਾਰਜ ਨੇ ਜਾਂ ਕੁਝ ਨੇ, ਸਾਰੇ ਨਾਲ ਮਿਲ ਕੇ ਅਸੀਂ ਕਰਦੇ ਹਾਂ।